ਸਤਿ ਸ਼੍ਰੀ ਅਕਾਲ ਜੀ, ਸੰਧੂ ਡੇਅਰੀ ਫਾਰਮ ਤੇ ਤੁਹਾਡਾ ਸਵਾਗਤ ਹੈ। ਲੈ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ 3 ਮਹੀਨਿਆਂ ਦੀ ਧੋਕੜ ਗੱਬਣ ਝੋਟੀ ਦਿਖਾਵਾਂਗੇ ਤੇ ਪਹਿਲੇ ਸੂਏ ਸੂਈ ਹੋਈ ਹੈ ਤੇ ਅੱਗੇ ਦੂਜੇ ਸੂਏ ਵਾਸਤੇ ਗੱਬਣ ਆ 3 ਮਹੀਨਿਆਂ ਦੀ। 8 ਕਿਲੋ ਦੁੱਧ ਆ ਝੋਟੀ ਥੱਲੇ ਤੇ ਕੱਦ ਕਾਠ ਦੀ ਕਾਫੀ ਖੁੱਲੀ ਆ ਤੇ ਬੱਚਾ ਵੀ ਹੈਗਾ ਪਿੱਛੇ ਕੱਟਾ। ਲੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਯਾਰ ਸਾਨੂੰ ਕੋਈ 3 ਮਹੀਨਿਆਂ ਦੀ, 2 ਮਹੀਨਿਆਂ ਦੀ, 4 ਮਹੀਨਿਆਂ ਦੀ ਕੋਈ ਗੱਬਣ ਝੋਟੀ ਹੋਵੇ ਤਾਂ ਜ਼ਰੂਰ ਦੱਸੀ, ਹੈ ਨਾ। ਲੈ ਇਕੱਲੇ ਇਕੱਲੇ ਦਾ ਫੋਨ ਤਾਂ ਨਹੀਂ ਨੋਟ ਕਰਿਆ ਜਾਂਦਾ, ਹੁਣ ਕਈ ਵਾਰੀ ਯਾਦ ਨਹੀਂ ਰਹਿੰਦਾ ਵੀ ਕਿਹੜੇ ਭਰਾ ਨੇ ਕਰਿਆ ਸੀ ਫੋਨ, ਪਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਲਾ ਦਿੰਦੇ ਹਾਂ ਸੁਨੇਹਾ ਵੀ ਝੋਟੀ ਕਾਫੀ ਵੱਡੇ ਕੱਦ ਦੀ ਆ, ਉੱਚੇ ਲੰਮੇ ਕੱਦ ਦੀ, ਗੋਲ ਸਿੰਘ ਦੀ। ਜੇ ਕਿਸੇ ਸੱਜਣ ਨੇ ਖਰੀਦਣੀ ਹੋਵੇ ਤਾਂ ਕਰ ਲਿਓ ਸੰਪਰਕ। 8 ਕਿਲੋ ਦੁੱਧਾ ਰੇੜੀ, ਲੈ ਦੋਏ ਡੰਗ ਮਿਲਦੀ ਆ ਭਾੜੇ ਤੇ, ਬੱਚਾ ਹੈਗਾ ਬੱਚਾ ਨਾਲ ਕੱਟਾ। ਲੈ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਝੋਟੀ ਦੇ ਦਰਸ਼ਨ ਕਰਵਾ ਦਈਏ, ਆ ਜਾਓ। ਲੈ ਆਹਾ ਝੋਟੀ ਆ ਵੀ ਸੱਜਣੋ, ਲੰਬਾਈ ਲੰਬੂਈ ਵੀ ਬਹੁਤ ਆ ਤੇ ਆਹਾ ਕੱਟਾ ਪਿੱਛੇ ਸੂਈ ਹੋਈ ਵੀ ਕੋਈ ਬਾਹਲੇ ਟਾਈਮ ਦੀ ਨਹੀਂ, 5-6 ਮਹੀਨਿਆਂ ਦੀ ਸੂਈ ਹੋਈ ਹੋਣੀ ਤੇ ਹੁਣ ਦੁੱਧ 8 ਕਿਲੋ ਆ। 3 ਮਹੀਨਿਆਂ ਦੀ ਚੈੱਕ ਕਰਾਤੀ ਤੇ ਪਿੱਛੇ ਤੋਂ ਲੇਵਾ ਦੇਖ ਲਓ, ਪਿੱਛੇ ਤੋਂ ਵੀ ਲੇਵਾ ਚੰਗਾ ਤੇ ਪਿੱਠ ਪੁੜੇ ਦੀ ਵੀ ਚੰਗੀ ਕੁਆਲਿਟੀ ਦੀ ਆ। ਸਿੰਘ ਸੁੰਘੂ ਸਿੰਘ ਥੋੜ੍ਹਾ ਜਿਹਾ ਬਣਵਾਉਣ ਵਾਲਾ ਤਾਂ ਹੈਗਾ, ਗਲਾਈ ਦਾ ਸਿੰਘ ਆ, ਚੰਗੀਆਂ ਚਾਹੁੰਦੀ ਆ ਚੰਗੀ। ਦੇਖੋ ਲੇਵੇ ਦੇ ਹੁਣ ਤਾਂ ਬਾਖੜ ਹੋ ਰਹੀ ਆ, ਬਾਕੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਵੀ 10-11 ਵਜੇ ਦਾ ਟਾਈਮ ਆ ਤੇ ਤੁਹਾਨੂੰ ਹੁਣ ਵੀ ਲਿਓਟੀ ਦੇ ਵਾਲ ਦੇਖ ਲਓ ਕੀ ਗੱਲਬਾਤ ਆ, ਜਿਵੇਂ ਬਾਖੜ ਆ ਫਿਰ ਵੀ ਲੇਵਾ ਥਣ ਥੁਣ ਮੁੱਠੀ ਦਾ ਥਣ ਲੱਗਿਆ ਹੋਇਆ ਤੇ ਚਵਾਈ ਬਿਲਕੁਲ ਰੂੰ ਵਰਗੀ ਚਵਾਈ ਆ, ਭੋਲੀ, ਕੋਈ ਛੜਲਾ ਨਹੀਂ, ਕੋਈ ਛਿੱਟਾ ਨਹੀਂ, ਮੋਟੀ ਮੋਟੀ ਧਾਰ ਆ। ਲੈ ਜਿਹੜੇ ਕਿਸੇ ਸੱਜਣ ਨੇ ਖਰੀਦਣੀ ਹੋਵੇ ਤਾਂ ਕਰ ਲਿਓ ਸੰਪਰਕ। ਲੈ ਝੋਟੀ ਬਈ ਸੱਜਣੋ ਸਾਰੇ ਪੱਲਿਆਂ ਤੋਂ ਪੂਰੀ ਆ, ਬਾਕੀ ਜਿਹੜੇ ਕਿਸੇ ਤੋਰ ਕੇ ਵੀ ਦਿਖਾ ਦਿੰਦਾ, ਮੈਂ ਇਕੱਲਾ ਜਾਣਾ ਹੋਣਾ ਨਹੀਂ, ਮੈਂ ਤੁਹਾਨੂੰ ਤੋਰ ਕੇ ਜ਼ਰੂਰ ਦਿਖਾਉਂਦਾ ਅਤੇ ਤੋਰ ਤਰਾਈ ਨੂੰ ਠੀਕ ਆ, ਓਕੇ ਆ ਰਿਪੋਰਟ। ਬਾਕੀ ਆਹਾ ਬੱਚਾ ਵੀ ਨਾਲ ਆ, ਜਿਹੜੇ ਕਿਸੇ ਸੱਜਣ ਨੇ ਹੋਵੇ ਚਾਹਵਾਨ ਤਾਂ ਕਰ ਲਿਓ ਆਪਣੇ ਨਾਲ ਸੰਪਰਕ। ਰੇਟ ਇਹਦਾ ਆਪਾਂ ਰੱਖਿਆ ਕੁੱਲ 65,000 ਰੁਪਇਆ। ਆਹਾ ਨੰਬਰ ਆ ਆਪਣਾ, ਦੇਖੋ ਨੰਬਰ 'ਤੇ ਵੀ ਮਾਰ ਦਿੰਦੇ ਨੇ ਗਾ। ਲੈ ਜਾਨਵਰ ਹੋਰ ਵੀ ਨੇ, ਤਾਜ਼ੇ ਬੱਚਿਆਂ ਵਾਲੇ ਵੀ ਨੇ ਦੇਖੋ, ਪਰ ਹਜੇ ਵੀਡੀਓ ਬਣਾਉਣ ਦੇ ਲਾਇਕ ਨਹੀਂ ਕਿਉਂਕਿ 1-2 ਦਿਨਾਂ ਦੀਆਂ ਸੂਈਆਂ ਹੋਈਆਂ ਨੇ। 2-4 ਜਾਨਵਰ ਹੋਰ ਵੀ ਹੈਗੇ ਨੇ, ਉਹ ਤੁਹਾਨੂੰ ਅਗਲੀ ਵੀਡੀਓ 'ਚ ਲਵਾਵਾਂਗੇ ਚੱਕਰ। ਲੱਜ ਤੁਹਾਨੂੰ ਇਹ ਤੋਕੜ ਗੱਬਣ ਦਿਖਾਤੀ। ਲੈ ਤੋਕੜ ਗੱਬਣ ਦੇ ਕਰਵਾਏ ਨੇ ਤੁਹਾਨੂੰ ਦਰਸ਼ਨ, ਖਰੀਦ ਲਿਓ। ਲੈ ਹੋਰ ਵੀ ਆਪਾਂ ਸੁਨੇਹਾ ਲਾ ਦਈਏ ਵੀਰ ਭਰਾਵਾਂ ਨੂੰ, ਜਿਹੜੇ ਸੱਜਣ ਨੇ ਕਿਸੇ ਨੇ ਮੱਝ ਜਾਂ ਝੋਟੀ ਕੋਈ ਆਪਣੀ ਵਿਕਾਊ ਹੁੰਦੀ ਆ, ਵੇਚਣੀ ਹੁੰਦੀ ਆ, ਸੇਲ ਕਰਨੀ ਹੁੰਦੀ ਆ, ਤਾਂ ਤੁਸੀਂ ਘਰੇ ਬੈਠੇ ਆਪਣੇ ਚੈਨਲ ਦੇ ਜ਼ਰੀਏ ਵੀ ਵੇਚ ਸਕਦੇ ਹੋ। ਆਪਣਾ ਵਟਸਐਪ ਨੰਬਰ ਹੈ ਉਹ ਆਪਣਾ ਸਕਰੀਨ 'ਤੇ ਚੱਲਦਾ, ਹੈ ਨਾ, ਤੁਸੀਂ ਉਹ 'ਤੇ ਮੈਨੂੰ ਪਾ ਦਿਆ ਕਰੋ ਫੋਟੋ। ਲੈ ਕਿਸੇ ਵੀ ਸੱਜਣ ਨੇ ਕੋਈ ਪਸ਼ੂ ਵੇਚਣਾ ਹੁੰਦਾ ਹੈ ਤਾਂ ਆਪਣੇ ਵਟਸਐਪ ਨੰਬਰ 'ਤੇ ਵੀਡੀਓ ਪਾ ਦਿਆ ਕਰੋ, ਤਾਂ ਆਪਾਂ ਤੁਹਾਡੀ ਵੀਡੀਓ ਪਹੁੰਚਾ ਦਿਆ ਕਰਾਂਗੇ ਦੁਨੀਆ 'ਚ, ਵੀਡੀਓ ਆਪਾਂ ਤੁਹਾਨੂੰ ਦੁਨੀਆ 'ਚ ਪਹੁੰਚਾ ਦਿਆ ਕਰਾਂਗੇ। ਬਾਕੀ ਬਹੁਤ ਭਰਾ ਪਿਆਰ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਦਿਲੋਂ ਪਿਆਰ ਕਰਦੇ ਨੇ। ਇਹੀ ਗੱਲ ਨਹੀਂ, ਕਈ ਤਾਂ ਇੱਕ ਤਾਂ ਕਹਿਣ ਦਾ ਹੁੰਦਾ, ਇੱਕ ਝਲਕਦਾ ਹੁੰਦਾ, ਹੈ ਨਾ, ਜਦੋਂ ਵੀ ਦੇਖੋ ਮੰਡੀ ਮੁੰਡੀ ਜਾਂਦੇ ਹਾਂ ਤਾਂ ਪਤਾ ਲੱਗਦਾ ਵੀ ਹੈਪੀ ਸਿਆਹਾਂ ਤਾਂ ਕੋਈ ਕਮਾਈ ਕਰੀ ਹੈ, ਹੈ ਨਾ, ਅਤੇ ਇਹ ਬਾਕੀ ਰੁਪਈਏ ਤਾਂ ਹਰੇਕ ਦੁਨੀਆ ਕਮਾਉਂਦੀ ਹੈ, ਹੈ ਨਾ ਬਈ, ਜਿਹੜਾ ਆਪਾਂ ਨੇ ਕਮਾਈ ਕਰੀ ਆ ਤੁਹਾਡੇ ਪਿਆਰ ਦੀ ਕਮਾਈ, ਉਹ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ, ਹਰੇਕ ਦੇ ਹਿੱਸੇ ਤਾਂ ਨਹੀਂ ਆਉਂਦੀ। ਉਹ ਜੇ ਮੈਂ ਕਹਾਂ ਮਿਹਨਤ ਬਹੁਤ ਦੁਨੀਆ ਕਰਦੀ ਹੈ, ਅੱਗੇ ਥੋੜ੍ਹੇ ਲੋਕ ਆਉਂਦੇ ਹੁੰਦੇ ਨੇ, ਜਿਵੇਂ ਕਹਾਂ ਵੀ ਹੁਣ ਦੇਖੋ ਕਬੱਡੀ ਦਾ ਬਹੁਤ ਦੁਨੀਆ ਖੇਡਦੀ ਹੈ, ਹੈ ਨਾ, ਸਟਾਰ ਥੋੜ੍ਹੇ ਬਣਦੇ ਨੇ, ਪਰ ਮਿਹਨਤ ਕਰਦੇ ਰਿਹਾ ਕਰੋ, ਇੱਕ ਦਿਨ ਪਰਮਾਤਮਾ ਜ਼ਰੂਰ ਹੱਥ ਫੜਦਾ, ਇਹੋ ਜਿਹੀ ਗੱਲ ਨਹੀਂ। ਵਿੱਚ ਮੇਰੇ ਲਈ ਵੀ ਫੋਨ ਕਰਦੇ ਨੇ ਬਾਈ ਵੀ ਸਾਡੀ ਬਾਈ ਪ੍ਰਮੋਸ਼ਨ ਕਰ ਦੇ, ਸਾਡੀ ਚੈਨਲ 'ਤੇ ਫੋਟੋ ਪਾ ਦੇ। ਭਰਾਵਾ ਆਪਣੀ ਕੱਢ ਕੇ ਦੇਖ ਲਈ, ਕਿਸੇ ਵੀ ਚੈਨਲ 'ਤੇ ਕਦੇ ਕਿਸੇ ਤੋਂ ਕਹਾਇਆ ਨਹੀਂ, ਕਦੇ ਕਿਸੇ ਤੋਂ ਐਡ ਨਹੀਂ ਕਰਵਾਈ, ਅਤੇ ਉਹੀ ਕੋਈ ਵੀ ਹੈ, ਕੋਈ ਵੀ ਚੀਜ਼ ਹੈ ਜੇ ਤੁਹਾਡੇ 'ਚ ਹੈਗਾ ਜਨੂੰਨ ਹੈਗਾ ਕਰਨ ਦਾ ਕੁਛ, ਤਾਂ ਤੁਹਾਡੀ ਤੁਹਾਡੀ ਆਪਦੀ ਮਿਹਨਤ ਤੁਹਾਨੂੰ ਅੱਗੇ ਲੈ ਕੇ ਆਊਗੀ। ਕਿਸੇ ਦੀ ਪ੍ਰਮੋਸ਼ਨ ਕਰੇ ਤੋਂ ਫਾਲਤੂ ਕਿਸੇ ਦੇ ਪੈਸਾ ਬਿਨਾਂ ਬਰਬਾਦ ਕਰਾਇਆ ਕਰੋ, ਕਿਉਂ ਕਈ ਵਾਰੀ ਦੇਖੋ ਮੈਂ ਆਪਾਂ ਇੰਸਟਾਗ੍ਰਾਮ 'ਤੇ ਵੀ ਦੇਖਦੇ ਰਹਿਣਾ, ਹੈ ਨਾ, ਪੇਡ ਪ੍ਰਮੋਸ਼ਨ, ਉਹ ਜਿਹੜੇ ਪੈਸੇ ਲੈ ਕੇ ਪ੍ਰਮੋਸ਼ਨ ਕਰਦੇ ਨੇ,
ਐਦਾਂ ਦਾ ਕੁਛ ਨਹੀਂ ਹੈਗਾ ਭਰਾ, ਕਿਸੇ ਦੇ ਕਹਿਣ 'ਤੇ ਕੋਈ ਨਹੀਂ ਕਰਦਾ ਹੈਗਾ ਕਿਸੇ ਦੇ ਕਹਿਣ 'ਤੇ। ਜਿਵੇਂ ਕਹਾਂ, ਜਿਵੇਂ ਪਿੰਡ ਦਾ ਇੱਕ ਮੋਤਵਾਰ ਦੇਖੋ ਸਾਰੇ ਪਿੰਡ ਨੂੰ ਵੇਚ ਦਿੰਦਾ ਵੀ ਇੰਨੀਆਂ ਵੋਟਾਂ ਮੇਰੇ ਮੰਗਣ ਨੇ, ਹੈ ਨਾ। ਉਹ ਵੀ ਵਹਿਮ ਨੇ ਬਾਈ, ਕਿਸੇ ਦੇ ਕਹੇ ਤੋਂ ਕੋਈ ਵੋਟ ਵੀ ਨਹੀਂ ਪਾਉਂਦਾ। ਅੰਦਰ ਜਾ ਕੇ ਸੰਦੂਕੜੀ ਦੇ ਕੋਲ, ਉੱਥੇ ਜਿੱਥੇ ਮਸ਼ੀਨ ਦੇ ਕੋਲ ਜਾ ਕੇ ਮਨ ਬਦਲ ਜਾਂਦਾ, ਇੱਦਾਂ ਦਾ ਵੀ ਹੁੰਦਾ, ਹੈ ਨਾ। ਅਤੇ ਇਹੀ ਚੱਕਰ ਹੈ, ਜਿਵੇਂ ਜਿਹੜੀ ਚੀਜ਼ ਕਿਸੇ ਨੂੰ ਐਟੋਮੈਟਿਕ, ਕੋਈ ਵੀ ਚੈਨਲ ਹੈ, ਕੋਈ ਵੀ ਕਿਸੇ ਦਾ ਕੰਮ ਕਰਨ ਦਾ ਤਰੀਕਾ ਪਸੰਦ ਆਉਂਦਾ ਤਾਂ ਉਹ ਐਟੋਮੈਟਿਕ ਆਪ ਹੀ ਸਬਸਕ੍ਰਾਈਬ ਕਰ ਲੈਂਦਾ ਬਾਈ। ਕਿਸੇ ਦੇ ਸਬਸਕ੍ਰਾਈਬ ਕਰਾਇਆ ਨਾਲ ਨਾ ਕੋਈ ਵਾਧਾ ਅਤੇ ਨਾ ਉਹਦਾ ਸਬਸਕ੍ਰਾਈਬ ਦਾ, ਮੈਂ ਵੀ ਮੇਰਾ ਮੰਨਣਾ, ਇਹ ਮੇਰਾ ਐਕਸਪੀਰੀਅੰਸ ਹੈ ਵੀ ਆਪਾਂ ਧੱਕੇ ਨਾਲ ਕਿਸੇ ਦਾ ਫੜ ਕੇ ਫੋਨ ਸਬਸਕ੍ਰਾਈਬ ਕਰਿਆ ਹੋਇਆ ਉਹ ਆਪਣੇ 1% ਵੀ ਕੰਮ ਨਹੀਂ ਆਉਂਦਾ। ਸਬਸਕ੍ਰਾਈਬ ਦਾ ਮਤਲਬ ਇਹੀ ਹੁੰਦਾ ਵੀ ਆਪਣੀ ਵੀਡੀਓ ਉਹਦੇ ਤੱਕ ਪਹੁੰਚੇ ਅਤੇ ਉਹ ਦੇਖੇ। ਜੇ ਆਪਾਂ ਦੇਖੋ ਸਬਸਕ੍ਰਾਈਬ ਚੈਨਲ ਉਹਨੇ ਆਪਣਾ ਕਰਿਆ ਹੋਇਆ ਤਾਂ ਆਪਣਾ ਉਹ ਚੈਨਲ ਨਹੀਂ ਦੇਖਦਾ ਤਾਂ ਉਹਦੇ ਸਬਸਕ੍ਰਾਈਬਰ ਦਾ ਆਪਾਂ ਨੂੰ ਕੋਈ ਬਾਹਲਾ ਫਾਇਦਾ ਨਹੀਂ। ਸਬਸਕ੍ਰਾਈਬਰ ਓਨੇ ਕੁ ਹੋਣ ਜਿਹੜੇ ਖੁਦ ਆਪ ਜਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਵੀ ਆਪਾਂ ਨੂੰ ਆਹ ਚੀਜ਼ ਚੰਗੀ ਲੱਗਦੀ ਹੈ, ਹੈ ਨਾ, ਵੀ ਆਪਾਂ ਇਹ ਚੀਜ਼ ਦੇਖਣੀ ਚਾਹੁੰਦੇ ਹਾਂ ਤਾਂ ਉਹ ਆਪ ਸਬਸਕ੍ਰਾਈਬ ਕਰਨ, ਜਦੋਂ ਤਾਂ ਆਪਾਂ ਨੂੰ ਦੇਖਣਗੇ ਵੀ ਉਹ ਉਹਨਾਂ ਸਬਸਕ੍ਰਾਈਬਰਾਂ ਦੀ ਫਾਇਦਾ ਬਾਈ। ਜੇ ਮੈਂ ਕਹਾਂ ਵੀ ਸਬਸਕ੍ਰਾਈਬਰ 2-2.5 ਲੱਖ ਹੋਣ ਅਤੇ ਵੀਡੀਓ ਨੂੰ ਵਿਊ ਨਾ ਹੋਣ ਤਾਂ ਉਹ ਵੀ ਇਹੀ ਕਾਰਨ ਹੁੰਦਾ ਬਈ ਉਹ ਫੇਕ ਕਰਾਏ ਹੋਏ ਹੁੰਦੇ ਨੇ। ਜਿਹੜੇ ਓਰੀਜਨਲ ਹੁੰਦੇ ਨੇ ਸਬਸਕ੍ਰਾਈਬ ਕਰਾਏ ਹੋਏ ਤਾਂ ਉਹੀ ਤੁਹਾਡੇ ਕੰਮ ਆਉਂਦੇ ਨੇ, ਉਹੀ ਪਿਆਰ ਕਰਦੇ ਹੁੰਦੇ ਨੇ ਜਿਹੜਾ ਆਪ ਤੋਂ ਸਬਸਕ੍ਰਾਈਬ ਕਰਦੇ ਹੋਣ। ਲੈ ਇਹੀ ਕਹੂੰਗਾ ਵੀ ਯਾਰ ਇਹ ਪੇਡ ਪ੍ਰਮੋਸ਼ਨਾਂ ਦੇ ਚੱਕਰਾਂ 'ਚ ਨਾ ਪਿਆ ਕਰੋ। ਚੈਨਲ ਚਲਾਉਣਾ ਤਾਂ ਆਪਦੀ ਮਿਹਨਤ ਕਰੋ, ਆਪਦੇ ਮਿਹਨਤ ਨਾਲ ਚੈਨਲ ਅੱਗੇ ਲੈ ਕੇ ਆਓ ਤਾਂ ਮਿਹਨਤ ਤੁਹਾਡੀ ਹਮੇਸ਼ਾ ਰੰਗ ਲਿਆਊਗੀ। ਅੱਜ ਮੈਂ ਇੱਕ ਸੁਣੀ ਜਾਂਦਾ ਸੀਗਾ ਉਹਦਾ ਵੀ ਆਪਾਂ ਇੰਸਟਾਗ੍ਰਾਮ 'ਤੇ, ਅਤੇ ਉਹ ਕਹਿੰਦਾ ਵੀ ਜਦੋਂ ਤੁਸੀਂ ਵੀ ਕੋਈ ਵੀ ਚੀਜ਼ ਤੁਸੀਂ ਆਪਦੇ ਮਨ 'ਚ ਧਾਰ ਲਈ ਤਾਂ 2-4 ਦਿਨ ਤੁਸੀਂ ਉਹੀ 10 ਦਿਨ ਉਹੀ ਚੀਜ਼ ਮੰਗੋਗੇ ਨਾ ਵੀ ਆਪਾਂ ਆਹ ਕਰਨਾ ਆਪਾਂ ਆਹ ਕਰਨਾ, ਐਟੋਮੈਟਿਕ ਤੁਹਾਡੀ ਉਹਦੇ ਉਹ ਕੰਮ ਵਾਸਤੇ ਐਟੋਮੈਟਿਕ ਰਾਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਐਟੋਮੈਟਿਕ 5-10 ਦਿਨਾਂ 20 ਦਿਨਾਂ 'ਚ ਉਹ ਕੰਮ ਨੂੰ ਤੁਰ ਪਾਉਂਗੇ ਜਿਹੜਾ ਕੰਮ ਤੁਸੀਂ ਆਪਦੇ ਮਨ 'ਚ ਇੱਛਾ ਤੁਹਾਡੇ 'ਚ ਵੀ ਆਹ ਆਪਾਂ ਨੇ ਕੰਮ ਕਰਨਾ। ਠੀਕ ਹੈ ਵੀ ਸੱਜਣੋ, ਅੱਗੇ ਫੇਰ ਕਰਾਂਗੇ ਕਿਸੇ ਵੀਡੀਓ 'ਚ ਗੱਲਾਂ ਬਾਤਾਂ, ਹੈ ਨਾ। ਧੰਨਵਾਦ ਜੀ, ਅਤੇ ਚੈਨਲ ਨੂੰ ਕਰ ਲਿਓ ਜਿਹੜੇ ਨੂੰ ਚੰਗੀ ਲੱਗੀ ਵੀਡੀਓ ਸਬਸਕ੍ਰਾਈਬ, ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।